ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇੱਕ ਹੈ ਜੀ ਗੁਰਮਤ ਅਤੇ ਇੱਕ ਹੈ ਮਨਮਤ। ਸਿੱਖ ਨੇ ਗੁਰਮਤ ਨੂੰ ਧਾਰਨ ਕਰਨਾ ਹੈ ਅਤੇ ਮਨਮਤ ਦਾ ਤਿਆਗ ਕਰਨਾ ਹੈ। ਆਪਾਂ ਲੋਕਾਂ ਦੀ ਇੱਥੇ ਪਹੁੰਚੀ ਹੋਈ ਸੰਗਤ ਦੀ ਰਹਿ ਲੈਂਦੇ ਹਾਂ ਕਿ ਉਹ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਕੀ ਦੱਸਣਾ ਚਾਹੁੰਦੇ ਹਨ। ਮੈਂ ਦੇਖਿਆ ਜੀ 90% ਲੋਕ ਰੰਗ ਲਾਈ ਫਿਰਦੇ ਨੇ, ਤੁਸੀਂ ਰੰਗ ਕਿਉਂ ਨਹੀਂ ਲਾਇਆ ਜੀ? ਹਾਂਜੀ ਠੀਕ ਹੈ ਜੀ, ਤੁਸੀਂ ਕੋਈ ਕਹਿਣਾ ਚਾਹੋ ਜੀ? ਮਹਾਰਾਜ ਕਹਿੰਦੇ ਲਾਲ ਰੰਗ ਇਸਕੋ ਲਗਾ, ਇਸ ਕਰਕੇ ਮਹਾਰਾਜ ਨਾਮ ਦਾ ਰੰਗ ਚੜ੍ਹਾਉਣਾ ਹੈਗਾ, ਇਹਦਾ ਦੁਨਿਆਵੀ ਰੰਗ ਨਹੀਂ, ਇਹਦਾ ਉਤਰ ਜਾਣਾ। ਬਿਲਕੁਲ ਜੀ, ਸਮਾਂ ਪੈ ਤੇ ਲੱਥ ਜਾਣਾ ਹੈਗਾ। ਧੰਨਵਾਦ ਜੀ, ਨਾਮ ਦਾ ਰੰਗ ਸਦਾ ਰਹਿਣਾ। ਧੰਨਵਾਦ ਜੀ। ਹਾਂਜੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵੀਰ ਭੈਣਾਂ ਆਪਣੇ ਚਿਹਰੇ ਦੇ ਉੱਪਰ ਨਕਲੀ ਰੰਗ ਮਲਦੇ ਹਨ, ਨਕਲੀ ਰੰਗ ਤੁਸੀਂ ਵੇਖਣਾ। ਪਰ ਗੁਰਮਤ ਦਾ ਕੀ ਫੈਸਲਾ ਸੀ ਇਹ ਅਸੀਂ ਮੰਨ ਕੇ ਚੱਲਣਾ ਹੈ। ਬਜ਼ੁਰਗੋ, ਤੁਸੀਂ ਰੰਗ ਨਹੀਂ ਲਾਇਆ, ਰੰਗ ਲਾਈ ਫਿਰਦੇ ਨੇ ਇੱਥੇ ਬਹੁਤ ਸਾਰੇ ਨਿੰਗ ਸਿੰਘ। ਰੰਗ ਅਸੀਂ ਗੁਰਬਾਣੀ ਦਾ ਲਾਉਂਦੇ ਹਾਂ ਜੀ, ਜਾਂ ਵਾਹਿਗੁਰੂ ਦੇ ਨਾਮ ਦਾ, ਜਾਂ ਫਿਰ ਸ਼ਸਤਰਾਂ ਦਾ ਹੀ ਲਾਉਂਦੇ ਹਾਂ, ਸ਼ਸਤਰਾਂ ਦੀ ਖੇਡ ਖੇਡਦੇ ਹਾਂ ਰੰਗਾਂ ਦੀ ਤਰ੍ਹਾਂ। ਜੀ ਵੀਰੇ, ਵਾਹਿਗੁਰੂ ਜੀ ਕਾ ਖਾਲਸਾ। ਕਿੱਥੇ ਆਏ ਹੋ ਵੀਰ ਜੀ? ਹਾਂਜੀ ਠੀਕ ਹੈ ਜੀ, ਕੀ ਕਰ ਰਹੇ ਹੋ ਅੱਜ? ਹੋਲਾ ਮਹੱਲਾ ਮਨਾ ਰਹੇ ਹੋ? ਠੀਕ ਹੈ ਠੀਕ ਹੈ। ਕੀ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਇਜਾਜ਼ਤ ਦਿੱਤੀ ਸੀ ਵੀ ਇੱਦਾਂ ਰੰਗ ਪਾਉਣੇ ਇੱਕ ਦੂਜੇ ਦੇ ਉੱਪਰ? ਠੀਕ ਹੈ, ਕਿਹੜਾ ਪਿੰਡ ਹੈ ਜੀ ਆਪਣਾ? ਤਰਨ ਤਾਰਨ। ਕਿਹੜਾ ਪਿੰਡ? ਬਿਲਕੁਲ ਜੀ, ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰੀਆ। ਵੀਰੋ, ਸਾਰੇ ਰੰਗਾਂ ਦੇ ਨਾਲ ਹੋਲੀ ਖੇਡ ਰਹੇ ਨੇ, ਤੁਹਾਡੇ ਚਿਹਰੇ 'ਤੇ ਕੋਈ ਹੋਲੀ ਦਾ ਰੰਗ ਲੱਗਿਆ ਨਹੀਂ ਵਿਖ ਰਿਹਾ, ਅਤੇ ਕੀ ਕਾਰਨ ਹੈ? ਸਾਡੇ ਮੇਰੇ ਖਿਆਲ 'ਚ ਧਰਮ ਦੇ ਵਿੱਚ ਰੰਗਾਂ ਦਾ ਕੋਈ ਅਹਿਮੀਅਤ ਨਹੀਂ ਹੈਗੀ। ਬਿਲਕੁਲ ਜੀ, ਅਤੇ ਜਿੰਨਾ ਪ੍ਰੇਮ ਦੇ ਨਾਲ ਆਪਾਂ ਰਲ ਮਿਲ ਕੇ ਰਹਾਂਗੇ, ਅੱਖਾਂ 'ਚ ਪਊਗਾ, ਨੁਕਸਾਨ ਹੋਊਗਾ। ਬਿਲਕੁਲ, ਲੜਨ ਵੀ ਡਏ ਹਾਂ ਬੜੇ ਲੋਕਾਂ ਨਾਲ ਵੀ ਇੱਦਾਂ ਨਾ ਕਰੋ, ਇੱਦਾਂ ਕਰਨ ਦੇ ਨਾਲ ਲੜਾਈ ਝਗੜੇ ਵੱਧਦੇ ਆ, ਪ੍ਰੇਮ ਪਿਆਰ ਘੱਟਦਾ ਵਾ। ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹੋਲਾ ਮੁਹੱਲਾ ਦਿੱਤਾ ਵਾ। ਬਿਲਕੁਲ ਜੀ, ਉਹ ਰੰਗਾਂ ਨਾਲ ਖੇਡਦੇ ਹੋਲੀ। ਬਿਲਕੁਲ ਜੀ, ਹਨੂੰਮਾਨ ਨੇ ਹੋਲਾ ਦਿੱਤਾ ਵਾ। ਬਿਲਕੁਲ ਜੀ, ਮੁਹੱਲਾ ਦਿੱਤਾ ਵਾ। ਬਿਲਕੁਲ ਜੀ, ਸਾਡੇ ਕਸੂਰ ਵੀਰਤਾ ਦੇ, ਯਾਨੀ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਬਦਲ ਦਿੱਤਾ ਸੀ ਉਹ ਚੀਜ਼ ਦਾ, ਪਰ ਅਸੀਂ ਉਹਨਾਂ ਚੀਜ਼ਾਂ 'ਚ ਫਿਰ ਉਲਝੇ ਪਏ ਹਾਂ। ਧੰਨਵਾਦ ਵੀਰ ਜੀ। ਵੀਰੋ, ਸਾਰੇ ਰੰਗ ਲਾਈ ਫਿਰਦੇ ਆ, ਤੁਹਾਡੀਆਂ ਜਿਹੜੀਆਂ ਬਨੈਣਾ ਨੇ ਉਹ ਮੈਨੂੰ ਚਿੱਟੀਆਂ ਨਜ਼ਰ ਆਉਂਦੀਆਂ ਨੇ, ਤੁਹਾਡੇ ਚਿਹਰੇ 'ਤੇ ਵੀ ਕਿਤੇ ਰੰਗ ਨਹੀਂ ਲੱਗਿਆ ਨਜ਼ਰ ਆਉਂਦਾ, ਕੀ ਗੱਲ, ਤੁਸੀਂ ਆਪਣੇ ਚਿਹਰੇ 'ਤੇ ਰੰਗ ਕਿਉਂ ਨਹੀਂ ਲਾਇਆ? ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਰੰਗ ਨਹੀਂ ਲਾਉਣਾ, ਅਸੀਂ ਤਾਂ ਇੱਥੇ ਦਰਸ਼ਨ ਕਰਨ ਆਏ ਅਤੇ ਗੁਰਬਾਣੀ ਨਾਲ ਜੁੜਨ ਆਏ ਹਾਂ, ਸਾਨੂੰ ਰੰਗ ਲਾਉਣਾ ਪਾਉਂਦਾ ਨਹੀਂ, ਗੁਰੂ ਸਾਹਿਬ ਨੇ ਰੋਕਿਆ ਹੈ ਕੰਮ ਕਰਨ ਦਾ। ਧੰਨਵਾਦ ਜੀ। ਕਿ ਇਹਨਾਂ ਨੇ ਰੰਗਾਂ ਦੇ ਨਾਲ ਹੋਲੀ ਕਿਉਂ ਨਹੀਂ ਖੇਡੀ? ਕਿਉਂਕਿ ਇਹਨਾਂ ਦੇ ਕਿਸੇ ਵੀ ਵੀਰ ਦੇ ਚਿਹਰੇ ਦੇ ਉੱਪਰ ਰੰਗ ਨਜ਼ਰ ਨਹੀਂ ਆਇਆ, ਜਦਕਿ 90% ਲੋਕ ਜਿਹੜੇ ਇੱਥੇ ਅੰਮ੍ਰਿਤਧਾਰੀ ਵੀ ਸਿਰ ਦੇ ਉੱਪਰ ਦਸਤਾਰਾਂ ਬੰਨ੍ਹ ਕੇ ਵੀ ਰੰਗਾਂ ਦੇ ਨਾਲ ਹੋਲੀ ਖੇਡ ਰਹੇ ਨੇ। ਵੀਰੋ, ਤੁਸੀਂ ਰੰਗਾਂ ਦੇ ਨਾਲ ਹੋਲੀ ਕਿਉਂ ਨਹੀਂ ਖੇਡੀ? ਪਰ ਅਸੀਂ ਲੰਗਰਾਂ ਵਾਲੇ ਸੇਵਾ ਕਰਦੇ ਹਾਂ, ਗੁਰੂ ਧਾਮਾਂ ਦੇ ਦਰਸ਼ਨਾਂ ਕਰਦੇ ਹਾਂ, ਪਰ ਰੰਗ ਦੇ ਨਾਲ ਕਿਸੇ ਨਾਲ ਵੀ ਅਸੀਂ ਹੋਲੀ ਨਹੀਂ ਜੀ ਖੇਡੀ, ਨਾ ਹੀ ਅਸੀਂ ਖੇਡਾਂਗੇ ਸਾਰੇ ਜੀ। ਦੇਖੋ ਜੀ, ਇਹਨਾਂ ਦਾ ਜਿਹੜੀਆਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਰੋਕਿਆ ਸੀ। ਅੱਜ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਵੀਰ ਭੈਣਾਂ ਆਪਣੇ ਚਿਹਰੇ ਦੇ ਉੱਪਰ ਨਕਲੀ ਰੰਗ ਮਲਦੇ ਹਨ, ਨਕਲੀ ਰੰਗ।
ਤੁਸੀਂ ਵੇਖਣਾ, ਪਰ ਗੁਰਮਤਿ ਦਾ ਕੀ ਫੈਸਲਾ ਸੀ ਇਹ ਅਸੀਂ ਮੰਨ ਕੇ ਚੱਲਣਾ ਹੈ। ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇਈ ਨਹਿ ਲਾਗੈ ਦਾਗਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਅਤ ਹੈ ਸੂਰਾ। ਅਸੀਂ ਨਾਮ ਦਾ ਰੰਗ, ਗੁਰੂ ਦੇ ਗੁਣਾਂ ਦਾ ਰੰਗ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਸੀ ਅਤੇ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਦੂਰ ਕਰਨਾ ਸੀ, ਪਰ ਇਹ ਨਕਲੀ ਰੰਗ ਅਸੀਂ ਆਪਣੇ ਚਿਹਰੇ 'ਤੇ ਮਲੀ ਫਿਰਦੇ ਹਾਂ।